ਸਤਿਗੁਰੂ ਕਿਰਪਾ ਕਰੇ ਤਾਂ ਹੀ ਇਹ ਮਨ ਜੁੜਦਾ ਹੈ, ਕਿਉਂਕਿ ਗੁਰਸੇਵਾ ਤੇ ਭਗਤ ਕਮਾਈ ਤਵੇ ਮਾਨਸ ਦੇਹੀ ਪਾਈ, ਇਸ ਦੇਹੀ ਕੁਛ ਸਿਮਰੇ ਦੇਵ ਸੋ ਦੇਹੀ ਭਾਜ ਹਰ ਕੀ ਸੇਵ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਮਨੁੱਸ਼ਾ ਜਨਮ ਦਾ ਲਾਹਾ ਹੈ। ਇੱਕ ਮਾਤਾ ਬੜੀ ਸ਼ਰਧਾ ਨਾਲ ਸਾਧ ਸੰਗਤ ਵਿੱਚ ਜਾਇਆ ਕਰੇ, ਮਹਾਂਪੁਰਸ਼ਾਂ ਦੀ ਸੇਵਾ ਕਰਿਆ ਕਰੇ, ਬੜੀ ਸੇਵਾ ਕੀਤੀ, ਬੜਾ ਮਨ ਇਕਾਗਰ ਕਰਕੇ ਭਗਤੀ ਕਰਿਆ ਕਰੇ ਸਾਧ ਸੰਗਤ ਕੋ, ਇਹੋ ਜਿਹਾ ਕਰਮ ਕੋ ਕਰਮ ਜਾਗ ਪਿਆ, ਮਨ ਤੇ ਸਾਧ ਸੰਗ ਪੜਦਾ ਪੈ ਗਿਆ, ਸਤਸੰਗ ਵਿੱਚ ਜਾਣਾ ਛੱਡ ਦਿੱਤਾ ਹੈ, ਸੰਤਾਂ ਦੀ ਸੰਗਤ ਵਿੱਚ ਜਾਣਾ ਛੱਡ ਦਿੱਤਾ ਹੈ, ਸੇਵਾ ਕਰਨੀ ਛੱਡ ਦਿੱਤੀ, ਸਿਮਰਨ ਕਰਨਾ ਛੱਡ ਦਿੱਤਾ, ਆਪਣੇ ਘਰ ਵਿੱਚ ਸਾਧ ਸੰਗ ਕੰਮ ਵਿੱਚ ਲੀਨ ਹੋ ਗਈ। ਤਾਂ ਜਦੋਂ ਕਿਸੇ ਨੇ ਇਸ਼ਾਰਾ ਕਰਨਾ, ਕਿਸੇ ਨੇ ਬੇਨਤੀ ਕਰਨੀ, ਤਾਂ ਉਹਨੂੰ ਸਾਧ ਸੰਗਤ ਬੋਲ ਕਬੋਲ ਬੋਲਣੀ। ਇਹੋ ਜਿਹੇ ਸਾਧ ਸੰਗ ਪੜਦਾ ਪਿਆ ਮੱਤ ਉੱਤੇ, ਸਾਰਾ ਕਰਮ ਧਰਮ ਤਿਆਗ ਕੇ ਕੇਵਲ ਆਪਣੇ ਸਾਧ ਸੰਗ ਧੰਦਿਆਂ ਵਿੱਚ ਰਚੀ ਰਹੀ। ਜੇ ਕੋਈ ਕਿਸੇ ਨੇ ਆਉਣਾ, ਉਹਨੂੰ ਵੱਧ ਘੱਟ ਲਫ਼ਜ਼ ਬੋਲਣੇ। ਸਮਾਂ ਬੀਤਦਾ ਗਿਆ, ਉਸੇ ਨਗਰ ਅੰਦਰ ਇੱਕ ਮਹਾਂਪੁਰਸ਼ ਆ ਗਏ, ਉਹਨਾਂ ਨੇ ਸਾਧ ਸੰਗ ਨਗਰ ਤੋਂ ਬਾਅਦ ਕੁਟੀਆ ਬਣਾ ਲਈ। ਕਾਫੀ ਸਮਾਂ ਸਿਮਰਨ ਭਗਤੀ ਕਰਦੇ ਰਹੇ ਔਰ ਸੰਗਤ ਵਿੱਚ ਜਾਂਦੇ, ਪਿੰਡ ਵਿੱਚ ਜਾਂਦੇ, ਨਗਰ ਵਿੱਚ ਜਾਂਦੇ, ਜਗਿਆਸੂ ਆਉਂਦੇ ਜਾਂਦੇ, ਉਪਦੇਸ਼ ਮਿਲੈਂਦੇ ਔਰ ਮਹਾਂਪੁਰਸ਼ਾਂ ਦੇ ਪ੍ਰਵਚਨਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਫਲਾ ਕਰਦੇ। ਇੱਕ ਦਿਨ ਪ੍ਰੇਮੀਆਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਨਗਰ ਇੱਕ ਮਾਤਾ ਰਹਿੰਦੀ ਹੈ, ਉਹ ਬਹੁਤ ਸਮਾਂ ਪਹਿਲਾਂ ਬੜੀ ਸਿਮਰਨ ਭਗਤੀ ਸੇਵਾ ਔਰ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾਇਆ ਕਰਦੀ, ਸਤਸੰਗ ਵਿੱਚ ਜਾਇਆ ਕਰਦੀ ਸੀ, ਪਰ ਬੜੇ ਦੁੱਖ ਦੀ ਗੱਲ, ਕਾਫੀ ਸਮੇਂ ਤੋਂ ਬਾਅਦ ਐਸਾ ਉਸਦਾ ਮਨ ਕੋ ਪਰੇਸ਼ਾਨ ਹੋਇਆ, ਕਿਸੇ ਗੱਲ ਤੋਂ ਮੁੜ ਗਿਆ, ਕਦੀ ਸੰਗਤ ਵਿੱਚ ਨਹੀਂ ਆਈ, ਕਦੀ ਸਤਸੰਗ ਨਹੀਂ ਸੁਣਿਆ, ਕਦੀ ਸਿਮਰ ਨਹੀਂ ਕਰਦੀ, ਕਦੀ ਸੇਵਾ ਵਿੱਚ ਨਹੀਂ ਮਨ ਲਗਾਉਂਦੀ, ਜੇ ਕੋਈ ਜਾਂਦਾ ਹੈ ਬੋਲ ਕਬੋਲ ਬੋਲਦੀ ਹੈ। ਤਾਂ ਗੁਰੂ ਪਿਆਰੀ ਸਾਧ ਸੰਗਤ, ਸਤਿਗੁਰੂ ਦਾ ਫਰਮਾਨ ਹੈ, ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਮਹਾਂਪੁਰਸ਼ ਪਰਉਪਕਾਰ ਕਰਨ ਵਾਸਤੇ ਆਉਂਦੇ ਹਨ, ਉਹਨਾਂ ਨੂੰ ਪਤਾ ਲੱਗਾ, ਤੋ ਕਹਿਣ ਲੱਗੇ ਵੀ ਇਹੋ ਜਿਹਾ ਜੀਵ ਜਿਹੜਾ ਪਰਮੇਸ਼ੁਰ ਤੋਂ ਭੁੱਲ ਗਿਆ, ਜਿਹੜਾ ਪਰਮੇਸ਼ੁਰ ਤੋਂ ਬੇਮੁੱਖ ਹੋਇਆ, ਤੇ ਉਹ ਤਾਂ ਫਿਰ ਪਰੇਸ਼ਾਨ ਹੀ ਹੋਏਗਾ, ਉਹਨੂੰ ਦੁੱਖ ਮਿਲੇਗਾ। ਤੋ ਜਿਹੜਾ ਪਰਮੇਸ਼ੁਰ ਤੋਂ ਭੁੱਲ ਗਿਆ ਉਹਨੂੰ ਕਿਉਂ ਦੁੱਖ ਮਿਲੇ, ਉਸਨੂੰ ਉਸ ਮਾਰਗ ਤੇ ਲਿਜਾਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਪਰਮੇਸ਼ੁਰ ਨੂੰ ਭੁੱਲਣ ਦਾ ਤਾਂ ਫਿਰ ਦੁੱਖ ਹੀ ਬਰਾਬਰ ਹੋਣਗੇ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ। ਤੋ ਸਾਧਸੰਗ ਗੁਰੂ ਮਹਾਰਾਜ ਦੇ ਕਥਨ ਅਨੁਸਾਰ ਜੋ ਕੱਤਕ ਵਿੱਚ ਮਹੀਨੇ ਅੰਦਰ ਸਾਨੂੰ ਉਪਦੇਸ਼ ਮਿਲਿਆ, ਕੱਤਕ ਕਰਮ ਕੁਮਾਵਣੇ ਦੋਸ਼ ਨਾ ਕਾਹੂ ਜੋ, ਕਹਿੰਦੇ ਫਿਰ ਦੋਸ਼ ਕੀ ਰਹਿ ਗਿਆ, ਦੋਸ਼ ਉਹਦੇ ਕਰਮਾਂ ਦਾ ਹੈ, ਪਰਮੇਸ਼ੁਰ ਤੇ ਭੁੱਲਿਆ ਵਿਆਪਨ ਸਭੇ ਰੋਗ, ਉਹਨੂੰ ਸਭੇ ਰੋਗ ਵਿਆਪਣਗੇ। ਮਹਾਂਪੁਰਸ਼ਾਂ ਨੇ ਸਾਧਸੰਗਤ ਮਨ ਬਣਾਇਆ ਕਿ ਉਹਨੂੰ ਉਪਦੇਸ਼ ਮਿਲ ਜਾਏ, ਇਸ ਰਸਤੇ ਵਿੱਚ ਮੁੜ ਕੇ ਲੱਗ ਜਾਏ ਤਾਂ ਚੰਗੀ ਗੱਲ ਹੈ। ਹਰ ਰੋਜ਼ ਮਹਾਂਪੁਰਸ਼ਾਂ ਨੇ ਸਵੇਰੇ ਸ਼ਾਮ ਨਗਰ ਅੰਦਰ ਜਾਣਾ, ਉਸ ਘਰ ਅੱਗੇ ਵੀ ਜਾਣਾ ਔਰ ਮਾਤਾ ਨੂੰ ਸਾਧ ਸੰਗਤ ਤੋਂ ਉਪਦੇਸ਼ ਦੇਣਾ, ਸਤਨਾਮ ਦਾ ਉਪਦੇਸ਼ ਦੇਣਾ, ਅਤੇ ਉਹਨੇ ਅੱਗਿਓਂ ਸਾਧ ਸੰਗ ਬੋਲ ਕਬੋਲ ਬੋਲਣੇ, ਸੰਤਾਂ ਨੂੰ ਵੱਧ ਘੱਟ ਲਫ਼ਜ਼ ਬੋਲਣੇ। ਬੜੀ ਗਰਮੀ ਵਿੱਚ ਸਾਧ ਸੰਗ ਬੋਲਣਾ, ਗਾਲੀ ਗਲੋਚ ਵੀ ਕਰਨੀ, ਪਰ ਸੰਤ ਮਹਾਂਪੁਰਸ਼ ਸਾਧ ਸੰਗ ਸਮਝ ਗਏ ਕਿ ਇਹ ਤਾਂ ਇਹਦੇ ਕਰਮਾਂ ਦਾ ਫਲ ਹੈ, ਕਿਸੇ ਕੋ ਕਰਮ ਦਾ ਫਲ ਮਿਲ ਗਿਆ, ਇਹਦੇ ਮਨ 'ਤੇ ਪੜਦਾ ਪੈ ਗਿਆ, ਪੜਦਾ ਹੋਣ ਦੇ ਕਾਰਨ ਇਸ ਗੱਲ ਨੂੰ ਸਮਝ ਨਹੀਂ ਰਹੀ।
ਗੁਰੂ ਪਿਆਰੀ ਸਾਧ ਸੰਗਤ ਪਰਮੇਸ਼ਵਰ ਦੇ ਚਰਨਾਂ ਚ ਬੇਨਤੀ ਅਰਦਾਸਾਂ ਜੋਈਆਂ ਕਰਨੀਆਂ, ਪ੍ਰਭੂ ਕਿਰਪਾ ਕਰੋ ਇਹਦੇ ਉੱਤੇ ਜਿਹੜੇ ਮਨ ਤੇ ਪੜਦਾ ਪਿਆ ਹੈ ਇਹਦੇ ਉੱਤੇ ਕਿਰਪਾ ਕਰ ਦਿਓ, ਮੁੜ ਕੇ ਫਿਰ ਕਿਤੇ ਪਰਮੇਸ਼ਵਰ ਦੀ ਭਗਤੀ ਵਿੱਚ ਸਤਸੰਗ ਵਿੱਚ ਆਉਣ ਲੱਗ ਜਾਏ। ਤਾਂ ਗੁਰੂ ਪਿਆਰੀ ਸਾਧ ਸੰਗਤ ਬੜਾ ਕੁਛ ਹੁੰਦਾ ਰਿਹਾ ਪਰ ਕਦੀ ਉੱਤੇ ਅਸਰ ਹੀ ਨਾ ਹੋਵੇ। ਗੁਰੂ ਪਿਆਰੀ ਸਾਧ ਸੰਗਤ ਮਹਾਨ ਮਹਾਂਪੁਰਸ਼ਾਂ ਨੇ ਤੜਕੇ ਉੱਠ ਕੇ ਜਾਣਾ, ਪ੍ਰਭਾਤ ਫੇਰੀ ਸਾਰੇ ਨਗਰ ਵਿੱਚ ਲਾਉਣੀ, ਆਏ ਸੰਗਤਾਂ ਨੇ ਸੁਣਨੀ, ਬੜੇ ਆਨੰਦ ਬਈ ਉੱਠ ਕੇ ਸਾਧ ਸੰਗਤ ਉਸ ਪ੍ਰਭੂ ਦਾ ਸਿਮਰਨ ਕਰਨਾ। ਇੱਕ ਦਿਨ ਸਾਧ ਸੰਗਤ ਸਵੇਰੇ ਮਹਾਂਪੁਰਸ਼ ਤੜਕਸਾਰ ਉੱਠੇ, ਉੱਠ ਕੇ ਉਸ ਆਪਣੇ ਨਿਤ ਕਰਮ ਦੇ ਅਨੁਸਾਰ ਤੜਕੇ ਜਾ ਕੇ ਸਾਧ ਸੰਗਤ ਨਗਰ ਵਿੱਚ ਆਵਾਜ਼ ਮਾਰਦੇ ਔਰ ਪਿਆਰ ਅੰਦਰ ਪ੍ਰਭੂ ਨਾਲ ਜੁੜੇ ਹੋਏ ਸਾਧ ਸੰਗਤ ਪ੍ਰਭੂ ਦੇ ਚਰਨਾਂ ਚ ਬੇਨਤੀ ਕਰਦੇ, ਪ੍ਰਭੂ ਕਿਰਪਾ ਕਰ, ਆ ਜਿਹੜੇ ਜੀਵ ਆਪ ਤੋਂ ਵਿਛੜਿਆ ਹੈ ਇਹਨੂੰ ਕਿਰਪਾ ਕਰਕੇ ਪਰਮੇਸ਼ਰ ਆਪ ਦੇ ਚਰਨਾਂ ਨਾਲ ਜੋੜ ਲਓ। ਕਿਹੜੇ ਕਰਮਾਂ ਤੋਂ ਵਿਛੋੜਾ ਇਹਨੂੰ ਪੈ ਗਿਆ, ਕਿਰਪਾ ਕਰਕੇ ਮੇਲ ਲੈ। ਕਿਹੜੇ ਕਰਮਾਂ ਤੋਂ ਵਿਛੋੜਾ ਇਹਨੂੰ ਪੈ ਗਿਆ, ਕਿਰਪਾ ਕਰਕੇ ਮੇਲ ਲੈ। ਕਿਹੜੇ ਕਰਮਾਂ ਤੋਂ ਵਿਛੋੜਾ ਕਰਮਾ ਤੂੰ ਵਿਛੋੜਾ ਇਹਨੂੰ ਪੈ ਗਿਆ ਵਿਛੋੜਾ।
ਪਰਮੇਸ਼ਰ ਦੇ ਪਿਆਰੇ ਸੰਤ ਸਵੈ ਅੰਮ੍ਰਿਤ ਵੇਲੇ ਸਾਧਸੰਗ ਉੱਠ ਕੇ ਉਸ ਮਾਲਕ ਦੇ ਚਰਨਾਂ ਚ ਬੇਨਤੀ ਅਰਦਾਸ ਅਰਜੋਈ ਕਰਦੇ ਇਹ ਨਗਰ ਅੰਦਰ ਸਾਧਸੰਗ ਵਿਚਰਦੇ ਔਰ ਪਿਆਰ ਵਿੱਚ ਉੱਚੀ ਇਹ ਆਵਾਜ਼ਾਂ ਉਸ ਮਾਲਕ ਦੇ ਚਰਨਾਂ ਚ ਬੇਨਤੀਆਂ ਕਰਦੇ ਜਾ ਰਹੇ ਹਨ। ਤਾਂ ਗੁਰੂ ਪਿਆਰੇ ਸਾਧਸੰਗ ਉਸ ਦੇ ਅੱਗੇ ਦਰਵਾਜ਼ੇ ਦੇ ਅੱਗੇ ਨੰਗੇ ਉਹ ਫਿਰ ਸਾਧਸੰਗ ਮਾਤਾ ਇਹੋ ਜਿਹੇ ਦੁਰਵਚਨ ਬੋਲਣ ਲੱਗੀ ਐ ਸੰਤ ਬੜਾ ਫੜਿਆ ਫਿਰਦਾ ਸਵੇਰੇ ਉੱਠ ਕੇ ਤੜਕੇ ਅਣ ਕੇ ਸਾਨੂੰ ਤੰਗ ਕਰਦਾ ਹੈ ਤੂੰ ਬਾਲਾ ਪ੍ਰਭੂ ਦਾ ਪੈਰਾਂ ਉੱਤੇ ਬੈਠਾ ਭਗਤੀ ਕਰੀ ਜਾਇਆ ਕਰ ਤੈਨੂੰ ਏਡੀ ਦੂਰ ਆਉਣ ਦੀ ਕੀ ਲੋੜ ਹੈ। ਸਾਧ ਸੰਗਤ ਬੋਲ ਕਬੋਲ ਬੋਲਦੀ ਰਹੀ ਜੇ ਬਾਲਾ ਤੂੰ ਰੱਬ ਦਾ ਪਿਆਰਾ ਭਗਤੀ ਕਰਨ ਵਾਲਾ ਤੇ ਆਪਣੀ ਕੁਟੀਆ 'ਚ ਬਹਿ ਕੇ ਭਗਤੀ ਕਰਿਆ ਕਰ ਇੱਦਾਂ ਦੇ ਇੱਥੇ ਰੌਲਾ ਪਾਉਣ ਦੀ ਤੜਕਸਾਰ ਲੋੜ ਨਹੀਂ ਹੈ। ਪਰ ਸਾਧ ਪਰਮੇਸ਼ਰ ਦੇ ਪਿਆਰਾਂ ਦੇ ਮਨ ਅੰਦਰ ਇਹ ਚਾਹਣਾ ਸੀ ਕਿ ਇਹ ਜੀਵ ਪਰਮੇਸ਼ਰ ਤੋਂ ਵਿਛੜ ਗਿਆ ਇਹ ਭੁੱਲ ਗਿਆ ਇਹ ਗਲਤੀ ਕਿਤੇ ਕਰ ਬੈਠਾ ਪਰਮੇਸ਼ਰ ਕਿਰਪਾ ਕਰੇ ਇਹ ਜੁੜ ਜਾਏ ਉਸ ਮਾਲਕ ਨਾਲ। ਸਾਧਸੰਗਤ ਬੋਲ ਕਬੋਲ ਸਹਿ ਕੇ ਵੀ ਮਹਾਂਪੁਰਸ਼ ਸਾਧਸੰਗ ਜੀ ਪਰ ਜੀਵ ਉੱਤੇ ਪਰਉਪਕਾਰ ਕਰਦੇ ਹਨ। ਕਹਿੰਦੇ ਇੱਕ ਮਹਾਂਪੁਰਸ਼ ਤੁਰੇ ਜਾਂਦੇ ਇੱਕ ਨਦੀ ਦੇ ਕੰਢੇ ਤੇ ਜਦੋਂ ਨਦੀ ਦੇ ਕੰਢੇ ਤੁਰੇ ਜਾਂਦੇ ਦੇਖਿਆ ਇੱਕ ਬਿਛੂਆ ਕੰਢੇ ਤੇ ਫਿਰਦਾ ਉਹ ਟੱਪ ਕੇ ਜਦੋਂ ਸਾਧਸੰਗ ਹਿਲਦਾ ਹੈ ਤੇ ਉਹ ਪਾਣੀ ਵਿੱਚ ਡਿੱਗ ਪੈਂਦਾ। ਧਿਆਨ ਦੇਣਾ ਜੀ ਸੰਤ ਦਾ ਕਰਮ ਕੀ ਹੈ ਬਿਛੂਆ ਪਾਣੀ ਵਿੱਚ ਡਿੱਗੀ ਜਾਂਦਾ ਹੈ ਤੇ ਸੰਤ ਉਹ ਸੋਚਦੇ ਕਿ ਜੀਵ ਹੱਤਿਆ ਨਾ ਹੋ ਜਾਏ ਬਿਛੂਆ ਮਰ ਨਾ ਜਾਏ ਚੱਕ ਕੇ ਬਾਹਰ ਰੱਖ ਦਿੰਦੇ। ਜਦੋਂ ਸੰਤ ਉਸ ਬਿਛੂ ਨੂੰ ਚੱਕ ਕੇ ਬਾਹਰ ਰੱਖਦੇ ਤੇ ਉਹ ਬਿਛੂਆ ਸੰਤਾਂ ਦੇ ਡੰਗ ਮਾਰਦਾ ਹੈ ਤੇ ਬਿਛੂ ਦਾ ਡੰਗ ਬੜਾ ਜ਼ਹਿਰੀਲਾ ਹੁੰਦਾ। ਸਾਧ ਸੰਗਤ ਦੋ ਤਿੰਨ ਦਫ਼ਾ ਡਿੱਗਿਆ ਸੰਤ ਪਰੇ ਕਰਕੇ ਰੱਖ ਦਿਆ ਕਹਿੰਦੇ ਫਿਰ ਪਾਣੀ ਵੱਲ ਜਾਵੇ ਤੇ ਪਾਣੀ 'ਚ ਡਿੱਗ ਪਵੇ। ਸੰਤ ਅੱਗੇ ਤੁਰਨ ਦੀ ਕੋਸ਼ਿਸ਼ ਨਹੀਂ ਕਰਦੇ ਕਹਿੰਦੇ ਇਹ ਕਿਤੇ ਜਾਨਵਰ ਬਚ ਜਾਏ ਤੇ ਚੰਗੀ ਗੱਲ ਹੈ। ਕੋਲ ਹੋਰ ਗੁਰਮੁਖ ਪਿਆਰਾ ਦੇਖੋ ਆਇਆ ਦੇਖਣ ਲੱਗਾ ਸੰਤ ਇਹ ਬਿਛੂ ਨੂੰ ਚੱਕ ਚੱਕ ਕੇ ਬਾਹਰ ਰੱਖਦਾ ਹੈ ਤੇ ਬਿਛੂਆ ਫਿਰ ਪਾਣੀ 'ਚ ਡਿੱਗ ਜਾਂਦਾ।
ਉਹ ਕਹਿਣ ਲੱਗਾ ਸੰਤ ਜੀ ਕੀ ਧਪੋਲੀਆਂ ਗੱਲਾਂ ਕਰਦਾ ਹੈ। ਬੜੀ ਹੈਰਾਨੀ ਦੀ ਗੱਲ, ਜਿਸ ਜਨਮ ਨੂੰ ਚੱਕ ਕੇ ਤੂੰ ਬਾਹਰ ਰੱਖੀ ਜਾਂਦਾ ਉਹ ਤੇਰੇ ਮੁੜ ਮੁੜ ਕੇ ਡੰਗ ਮਾਰਦਾ ਤੇ ਤੂੰ ਮੁੜ ਕੇ ਫਿਰ ਉਸ ਨੂੰ ਪਾਣੀ ਤੋਂ ਬਚਾ ਕੇ ਬਾਹਰ ਰੱਖਦਾ, ਤੂੰ ਕਿਉਂ ਰੱਖਦਾ? ਸੰਤ ਕਹਿੰਦਾ ਪਾਣੀ ਵਿੱਚ ਡਿੱਗ ਕੇ ਹੜ ਜਾਏਗਾ, ਮਰ ਜਾਏਗਾ। ਤੂੰ ਕਹਿਣ ਲੱਗਾ ਵੀ ਮਰਦਾ ਤਾਂ ਮਰਨ ਦੇ, ਪਰ ਇਹਦੇ ਤੂੰ ਮੁੜ ਮੁੜ ਚੱਕਦਾ ਹੈ, ਡੰਗ ਮਾਰਦਾ ਹੈ, ਤੂੰ ਇਹ ਤੇਰੇ ਨਾਲ ਲਿਹਾਜ਼ ਨਹੀਂ ਕਰਦਾ, ਤੂੰ ਮੁੜ ਮੁੜ ਕੇ ਉਹਦੇ ਭਰਲੇ ਲਈ ਸੋਚਣ ਲੱਗਾ। ਸੰਤ ਪੁੱਛਣ ਲੱਗੇ ਭਾਈ ਗੱਲ ਤਾਂ ਤੇਰੀ ਠੀਕ ਹੈ, ਪਰ ਇਹ ਡੰਗ ਕਿਉਂ ਮਾਰਦਾ? ਮੈਂ ਇਸ ਗੱਲ ਤੋਂ ਹੈਰਾਨ ਹੈ, ਮੈਂ ਇਹਨੂੰ ਚੱਕ ਕੇ ਬਾਹਰ ਰੱਖਦਾ, ਇਹ ਡੰਗ ਮਾਰਦਾ ਕਿਉਂ ਮਾਰਦਾ? ਮੈਂ ਤਾਂ ਇਹਦਾ ਕੁਛ ਵਿਗਾੜਦਾ ਨਹੀਂ, ਮੈਂ ਤਾਂ ਬਚਾਉਣ ਦੀ ਕੋਸ਼ਿਸ਼ ਕਰਦਾ। ਤਾਂ ਉਹ ਗੁਰਮੁਖ ਪਿਆਰਾ ਜਗਿਆਸੂ ਕਹਿਣ ਲੱਗਾ ਸੰਤ ਭੋਲੀਆਂ ਗੱਲਾਂ ਕਰਦਾ, ਅਜੀਬ ਗੱਲਾਂ ਕਰਦਾ। ਉਹ ਕਹਿੰਦਾ ਇਹ ਜਾਨਵਰ ਦਾ ਸੁਭਾਅ ਹੀ ਹੈ ਕਿ ਇਹਨੇ ਜਿਹਨੂੰ ਹੱਥ ਲਾਏਗਾ ਉਹਨੂੰ ਡੰਗ ਮਾਰੇਗਾ। ਸੰਤ ਕਹਿੰਦੇ ਇਸੇ ਕਰਕੇ ਤਾਂ ਮੈਂ ਪਰੇਸ਼ਾਨ ਹਾਂ, ਇਸ ਕਰਕੇ ਤਾਂ ਮੈਂ ਹੈਰਾਨ ਹਾਂ, ਇਸ ਕਰਕੇ ਮੈਂ ਇਹ ਕੰਮ ਕਰ ਰਿਹਾ। ਉਹ ਇਤਨਾ ਕੁ ਵੱਡਾ ਜਾਨਵਰ ਜਿਹੜੇ ਆਪਣੇ ਸੁਭਾਅ ਨੂੰ ਨਹੀਂ ਤਿਆਗਦਾ, ਜਿਹੜਾ ਇਹਨੂੰ ਹੱਥ ਲਾਉਂਦਾ ਤੇ ਡੰਗ ਮਾਰਦਾ, ਮੈਂ ਤਾਂ ਇਨਸਾਨੀ ਜਾਮਾ ਲਿਆ। ਪਰਮੇਸ਼ਰ ਦੀ ਭਗਤੀ ਕਰਨ ਵਾਲਾ ਆਪਣੇ ਆਪ ਨੂੰ ਸੰਤ ਕਹਾਉਂਦਾ ਵੀ ਜੇ ਇਹ ਆਪਣਾ ਸੁਭਾਅ ਨਹੀਂ ਤਿਆਗ ਸਕਦਾ ਤੇ ਮੈਂ ਆਪਣਾ ਸੁਭਾਅ ਕਿਉਂ ਤਿਆਗਾ? ਮੈਂ ਤਾਂ ਇਹ ਤੇ ਪਰਉਪਕਾਰ ਕਰਨਾ ਹੀ ਕਰਨਾ, ਬੇਸ਼ੱਕ ਜਿੰਨੇ ਮਰਜ਼ੀ ਡੰਗ ਮਾਰੀ ਜਾਏ। ਗੁਰਬਾਣੀ ਦਾ ਕਥਨ ਹੈ ਸੰਤ ਨਾ ਛਾਡੇ ਸੰਤਈ, ਕੋਟਕ ਮਿਲੇ ਅਸੰਤ, ਮਲੇ ਹਾਗਰ ਪਿਅੰਗਮ ਬੇਡਿਓ ਤਾਂ ਸੀਤਲਤਾ ਨਾ ਤਜੰਦ ਸੰਤ। ਕਹਿੰਦੇ ਜਿਹੜਾ ਚੰਦਨ ਹੈ ਉਹਨੂੰ ਮਲਿਆਗਰ ਸਰਪਾਂ ਨੇ ਸਾਸਿੰਗ ਚੰਦਨ ਨੂੰ ਲਪੇਟੇ ਮਾਰੇ ਹੋਏ ਜੰਗਲਾਂ ਦੇ ਅੰਦਰ, ਜਿਹੜੇ ਜ਼ਹਿਰੀਲੇ ਸੱਪ ਉਹ ਚੰਦਨ ਦੇ ਆਦੋੜੇ ਆਣ ਕੇ ਬੈਠ ਕੇ ਇੰਨੇ ਲਵਾਏਮਾਨ ਹੋ ਜਾਂਦੇ ਉਹਦੀ ਸ਼ਾਂਤੀ ਅੰਦਰ, ਉਹਨਾਂ ਦੀ ਜ਼ਹਿਰ ਨਾਲ ਜਿਹੜੀ ਸਾਸਿੰਗ ਤਾਮਸੀ ਹੁੰਦੀ ਹੈ ਉਹਨੂੰ ਠੰਡਾ ਕਰਨ ਲਈ ਸਰਪ ਚੰਦਨ ਦੇ ਬੂਟੇ ਦੁਆਲੇ ਲਪੇਟੇ ਮਾਰ ਕੇ ਬੈਠ ਜਾਂਦੇ ਆ। ਉਹ ਕਹਿੰਦੇ ਇੰਨੇ ਜ਼ਹਿਰੀਲੇ ਸੱਪ ਹੋਣ ਦੇ ਬਾਵਜੂਦ ਵੀ ਚੰਦਨ ਜਿਹੜਾ ਆਪਣੀ ਸ਼ੀਤਲਤਾ ਨਹੀਂ ਤਿਆਗਦਾ, ਭਾਵ ਉਹਨਾਂ ਨੂੰ ਸ਼ੀਤਲਤਾ ਇੰਨੀ ਦੇ ਦਿੰਦਾ, ਇੰਨੀ ਠੰਡ ਦੇ ਦਿੰਦਾ, ਸੱਪ ਆਪਣੇ ਵੇਸ਼ ਭੁੱਲ ਜਾਂਦੇ, ਆਪਣੇ ਆਨੰਦ ਹੋ ਕੇ ਮਗਨ ਹੋ ਕੇ ਸਾਸਿੰਗ ਉੱਥੇ ਉਹਦੇ ਦੁਆਲੇ ਲਪੇਟੇ ਪਾੜ ਕੇ ਮਾਰ ਕੇ ਬਹਿ ਜਾਂਦੇ। ਤੋ ਮਹਾਂਪੁਰਸ਼ ਕਹਿੰਦੇ ਜੇ ਇਤਨਾ ਛੋਟਾ ਜਿਹਾ ਜਾਨਵਰ ਆਪਣਾ ਸੁਭਾਅ ਨਹੀਂ ਤਿਆਗਦਾ ਤੇ ਮੈਂ ਆਪਣਾ ਸੁਭਾਅ ਕਿਸ ਤਰ੍ਹਾਂ ਤਿਆਗ ਦਿਆਂ? ਸਾਸਿੰਗ ਸੰਤ ਨੂੰ ਬੋਲ ਕਬੋਲ ਵੀ ਬੋਲੇ ਗਏ, ਕਈ ਕੁਛ ਕਿਹਾ ਗਿਆ, ਪਰ ਸੰਤਾਂ ਨੇ ਇਹ ਨਿਯਮ ਕਰ ਲਿਆ ਕਿ ਇਹ ਜੀਵ ਨੂੰ ਸਿੱਧੇ ਰਸਤੇ ਜ਼ਰੂਰ ਪਾਉਣਾ ਹੈ। ਸਾਧਸੰਗਤ ਮਹਾਂਪੁਰਸ਼ ਦੋ ਤਿੰਨ ਵੱਲੇ ਆਉਂਦੇ ਰਹੇ ਔਰ ਇਹੀ ਉਪਦੇਸ਼ ਦਿੰਦੇ ਰਹੇ, ਉਸ ਮਾਰਗ ਦਾ ਸਿਮਰਨ ਕਰੋ, ਪ੍ਰਭੂ ਦੀ ਭਗਤੀ ਕਰੋ, ਫਿਰ ਸਮਾਂ ਹੱਥ ਨਹੀਂ ਆਏਗਾ। ਔਰ ਮਾਤਾ ਨੇ ਹਰ ਰੋਜ਼ ਗੁੱਸੇ ਵਿੱਚ ਕਈ ਗੱਲਾਂ ਕਹਿਣੀਆਂ, ਗਾਲਾਂ ਵੀ ਕੱਢਣੀਆਂ, ਪਰ ਸੰਤ ਨੇ ਧਿਆਨ ਵਿੱਚ ਨਹੀਂ ਲਿਆਂਦੀ ਗੱਲ। ਸਾਧਸੰਗਤ ਇੱਕ ਦਿਨ ਮਾਤਾ ਸਵੇਰੇ ਉੱਠ ਕੇ ਆਪਣੇ ਘਰ ਦੀ ਸਫਾਈ ਕਰਦੀ ਹੈ, ਚੌਂਕਾ ਚੁੱਲ੍ਹਾ ਸਾਫ ਕਰਕੇ ਸਾਧਸੰਗਤ ਉੱਥੇ ਪਰੋਲਾ ਫੇਰਦੀ ਹੈ। ਆ ਪਹਿਲਾਂ ਮਾਈਆਂ ਪਾਂਡੂ ਦਾ ਪਰੋਲਾ ਫੇਰਦੀਆਂ ਸੀ ਘਰਾਂ ਨੂੰ ਸਫਾਈ ਕਰਨ ਵਾਸਤੇ, ਚੁੱਲ੍ਹਿਆਂ ਨੂੰ ਸਫਾਈ ਕਰਨ ਵਾਸਤੇ। ਤੇ ਜੇ ਹੁਣ ਇੱਥੇ ਕਈਆਂ ਬੀਬੀਆਂ ਨੂੰ ਪੁੱਛੇ ਪਰੋਲਾ ਕੀ ਹੁੰਦਾ ਤੇ ਉਹ ਉਹਨਾਂ ਨੂੰ ਦੱਸਣਾ ਮੁਸ਼ਕਿਲ ਨੇ, ਇੱਥੇ ਤਾਂ ਗੈਸ ਦੇ ਚੁੱਲ੍ਹੇ, ਇੱਥੇ ਲੋੜ ਹੀ ਨਹੀਂ ਪੈਂਦੀ ਪਰੋਲੇ ਦੀ। ਸਾਧਸੰਗਤ ਉਹ ਕੱਚਿਆਂ ਚੁੱਲ੍ਹਿਆਂ ਤੇ ਜਿਹਨਾਂ ਨੂੰ ਮਿੱਟੀ ਫੇਰੀ ਜਾਂਦੀ ਸੀ ਉਹਦੇ ਤੇ ਬਾਅਦ ਪਾਂਡੂ ਪਰੋਲਿਆ ਮਿੱਟੀ, ਪਾਂਡੂ ਜਿਹੜਾ ਸੀ ਸਾਧਸੰਗਤ ਉਹ ਬਾਲਟੀ 'ਚ ਭਿਉਂ ਕੇ ਤੇ ਉਹ ਟੱਲੀ ਨਾਲ ਕੱਪੜੇ ਨਾਲ ਫੇਰਿਆ ਜਾਂਦਾ, ਉਸਨੂੰ ਪਰੋਲਾ ਆਖਦੇ ਹੈ।
ਉਹ ਦੇਵ ਨੇ ਮਾਈ ਸਵੇਰੇ ਉੱਠ ਕੇ ਸਫਾਈ ਕਰਕੇ ਪਰੋਲਾ ਫੇਰ ਰਹੇ ਸੀ ਔਰ ਥੋੜਾ ਜਿਹਾ ਕੰਮ ਰਹਿ ਗਿਆ ਤਾਂ ਸੰਤ ਫੇਰ ਆ ਗਏ ਤੋ ਸਾਧ ਸੰਗਤਾਂ ਨੇ ਉਹ ਹੱਥ ਚ ਦਬੜੀ ਫੜੀ ਹੈ ਉਹ ਮਗਨ ਉਸ ਮਾਲਕ ਨਾਲ ਜੁੜੇ ਹੋਏ ਔਰ ਸਾਧ ਸੰਗਤ ਪਿਆਰ ਵਿੱਚ ਇਹ ਗੱਲ ਕਹਿੰਦੇ ਸੰਤ ਆ ਰਹੇ ਨੇ ਗੁਰੂ ਗੋਬਿੰਦ ਸਿੰਘ ਨਾਮ ਜਪ ਲੋ ਨਸੀਬਾਂ ਵਾਲੇ ਬੰਦੇ ਓ ਲੁੱਟ ਪੈ ਗਈ ਰਾਮ ਨਾਮ ਸੁਣਿਆ ਸੰਤ ਫਿਰ ਰੌਲਾ ਪਾਉਂਦਾ ਆਉਂਦਾ ਸਤਸੰਗ ਅੰਮ੍ਰਿਤ ਵੇਲਾ ਸੀ ਉਹ ਕੰਮ ਉਹਦਾ ਨਜ਼ਦੀਕ ਹੋ ਗਿਆ ਸਤਸੰਗ ਥੋੜਾ ਜਿਹਾ ਕੰਮ ਰਹਿ ਗਿਆ ਰੌਲਾ ਸੁਣ ਕੇ ਮਾਈ ਜਿਹੜਾ ਥੋੜਾ ਰਹਿੰਦਾ ਕੰਮ ਛੇਤੀ ਛੇਤੀ ਕਰ ਲਿਆ ਸਤਸੰਗ ਜਦੋਂ ਸੰਤ ਲੱਗ ਗਿਆ ਉਹਨੂੰ ਫਿਰ ਦਰਵਾਜ਼ੇ 'ਚ ਖੜ ਕੇ ਇਹੀ ਸਤਸੰਗ ਬਚਨ ਕੀਤੇ ਨਾਮ ਜਪ ਲਓ ਨਸੀਬਾਂ ਵਾਲੇ ਬੰਦਿਓ ਟੁੱਟ ਪੈ ਗਈ ਰਾਮ ਨਾਮ ਦੀ ਖੜ ਕੇ ਜਦੋਂ ਆਵਾਜ਼ ਦਿੱਤੀ ਨਾ ਮਾਈ ਗੁੱਸੇ ਵਿੱਚ ਪਹਿਲਾਂ ਹੀ ਸੀ ਕਹਿੰਦੀ ਸੰਤ ਨੇ ਬੜਾ ਤੰਗ ਕੀਤਾ ਹੈ ਜਪਦਾ ਜਪਦਾ ਰਹੇ ਪਰ ਸਾਨੂੰ ਕਿਉਂ ਤੰਗ ਕਰਦਾ ਹੈ
ਸਾਧ ਸੰਗਤ ਗੁੱਸੇ ਵਿੱਚ ਭਰੀ ਹੋਈ ਮਾਈ ਨੇ ਉਹਦਾ ਪਰੋਲਾ ਹੱਥ 'ਚ ਫੜਿਆ ਸੀ ਨਾ, ਗੁੱਸੇ ਵਿੱਚ ਆਣ ਕੇ ਸੰਤ ਦੇ ਬਵਾ ਕੇ ਮੂੰਹ 'ਤੇ ਮਾਰਿਆ। ਜਦੋਂ ਮੂੰਹ 'ਤੇ ਮਾਰਿਆ ਤਾਂ ਸਾਧ ਸੰਗਤ ਪਰੋਲਾ ਤਾਂ ਲਿਬੜਿਆ ਸੀ ਸੰਤ ਦੇ, ਫਿਰ ਕੀ ਦਸ਼ਾ ਹੋਈ ਹੋਊਗੀ ਤੁਹਾਨੂੰ ਪਤਾ ਹੀ ਹੈ। ਜੇ ਕਿਸੇ ਦੇ ਸਾਧ ਸੰਗਤ ਅਚਾਨਕ ਕੋਈ ਚੀਜ਼ ਛੱਡ ਦੀ ਤਾਂ ਉਹਨਾਂ ਕੀ ਹੁੰਦਾ, ਉਹ ਤਾਂ ਪਰੋਲਾ ਲਿਬੜਿਆ ਸੀ ਪਾਂਡੂ ਨਾਲ। ਪਰ ਸੰਤ ਨੇ ਜਦੋਂ ਸੰਤ ਦੇ ਮੱਥੇ 'ਤੇ ਵਗਾ ਕੇ ਮਾਰਿਆ ਨਾ, ਸੰਤਾਂ ਨੇ ਉਹ ਪਰੋਲਾ ਚੱਕਿਆ ਔਰ ਉਸ ਪਰੋਲੇ ਨੂੰ 7 ਵਾਰ ਮੱਥਾ ਟੇਕਿਆ, ਨਾਲੇ ਧਰਤੀ ਨੂੰ ਮੱਥਾ ਟੇਕਿਆ ਔਰ ਸੰਤ ਕਹਿਣ ਲੱਗੇ, ਸਾਧ ਸੰਗ ਇਹ ਪਰਮੇਸ਼ੁਰ ਤੂੰ ਕਿਰਪਾ ਕੀਤੀ ਹੈ। ਸੰਤ ਨੇ ਗੁੱਸਾ ਨਹੀਂ ਕੀਤਾ। ਅੱਜ ਕੱਲ੍ਹ ਦੇ ਜੇ ਸੰਤ ਨੂੰ ਇੱਦਾਂ ਦਾ ਪੌੜਾ ਪੈ ਜਾ ਤਾਂ ਕਿੰਨਾ ਕੁਛ ਵਿਗੜ ਸਕਦਾ ਹੈ, ਪਰ ਸੰਤ ਦਾ ਕਿੰਨਾ ਨਰਮ ਹਿਰਦਾ ਹੋਏਗਾ ਜੀ ਜਿਹਨੇ ਗੁੱਸਾ ਨਹੀਂ ਕੀਤਾ ਔਰ ਮਾਲਕ ਦਾ ਸ਼ੁਕਰ ਕੀਤਾ। ਕਹਿੰਦੇ ਮਾਲਕਾ ਅੱਜ ਤੇਰੀ ਕਿਰਪਾ ਹੋਈ, ਅੱਜ ਇਸ ਘਰ ਵਿੱਚੋਂ ਮੈਨੂੰ ਕੁਛ ਨਾ ਕੁਛ ਤਾਂ ਮਿਲਿਆ। ਅੱਗੇ ਤਾਂ ਗਾਲਾਂ ਹੀ ਪੈਂਦੇ ਨੇ, ਪਰ ਅੱਜ ਸਾਧ ਸੰਗ ਬੇਸ਼ੱਕ ਗਾਲਾਂ ਤੋਂ ਵੀ ਉੱਪਰ ਦੀ ਬਰੋਲਾ ਸੀ ਨਾ, ਪਰ ਸੰਤ ਨੇ ਕਿਹਾ ਪਰਮੇਸ਼ਰ ਤੇਰੀ ਕਿਰਪਾ ਹੋਈ, ਅੱਜ ਕੁਛ ਨਾ ਕੁਛ ਮਿਲਿਆ। ਕਿਉਂਕਿ ਸਾਧ ਸੰਗਤ ਮਹਾਂਪੁਰਸ਼ਾਂ ਦਾ ਕਥਨ ਹੈ, ਦੁਰਲਭ ਮਾਨਸ ਦੇਹੀ ਕੋ ਪਾ ਕਰ ਸੰਤਨ ਕਾ ਸਤਸੰਗ ਕਰੋ ਰੇ। ਜੇ ਤੁਮ ਤੇ ਸਤਸੰਗ ਨਾ ਹੋਵੋ ਤਾਂ ਪੁੰਨ ਦਾਨ ਕੀ ਰੀਤ ਕਰੋ ਰੇ। ਸਭ ਤੋਂ ਪਹਿਲਾਂ ਸਤਸੰਗ ਆਖਿਆ ਹੈ। ਕਹਿੰਦੇ ਜੇ ਸਤਸੰਗ ਨਹੀਂ ਕਰ ਸਕਦਾ ਤਾਂ ਪੁੰਨ ਦਾਨ ਕੀ ਰੀਤ ਕਰਿਆ ਕਰ। ਪੁੰਨ ਦਾਨ ਜਥਾ ਸ਼ਕਤ ਹੋ ਸਕੇ ਕਰਨਾ ਹੈ। ਪੁੰਨ ਦਾਨ ਕੀ ਰੀਤ ਨਾ ਹੋਵੇ ਤਾਂ ਪਾਪਨ ਤੇ ਉਰਮਾਹੇ ਡਰੋ ਰੇ। ਤੋ ਇਹ ਤੋਂ ਵੱਡਾ ਕਿਹੜਾ ਪਾਪ ਹੋ ਸਕਦਾ ਜਿਹੜਾ ਸੰਤ ਦੇ ਗੁੱਸੇ ਨਾਲ ਸਾਧ ਸੰਤ ਦੇ ਵਗਾ ਕੇ ਮੂੰਹ ਤੇ ਮਾਰਿਆ ਪਰੋਲਾ, ਕਿੱਡਾ ਬੜਾ ਸਾਸ ਪਾਪ ਹੋ ਸਕਦਾ। ਪਾਪਨ ਤੇ ਔਰ ਮਾਹੇ ਡਰੋ ਰੇ, ਜੇ ਤੁਮ ਤੇ ਇਹ ਕਿਛੂ ਹੋਵੇ ਤਾਂ ਜੀਵਨ ਤੇ ਮਰ ਜਾਣੋ ਭਲੋ ਰੇ। ਪਰ ਸੰਤ ਨੇ ਇਸ ਗੱਲ ਨੂੰ ਸਾਰੀ ਨੂੰ ਇੱਕ ਪਾਸੇ ਕਰ ਦਿੱਤਾ। ਪਰ ਮਾਲਕ ਦਾ ਸ਼ੁਕਰ ਕੀ ਪਰ ਸੰਤ ਨੇ ਉਸ ਨੂੰ ਵੀ ਸਵੀਕਾਰ ਕਰ ਲਿਆ, ਵਾਪਸ ਕੁਟੀਆ ਉੱਥੋਂ ਹੀ ਮੁੜ ਗਏ। ਕੁਟੀਆ ਵਿੱਚ ਗਏ ਸਾਧ ਸੰਗਤ ਉਸ ਪਰੋਲੇ ਨੂੰ ਚੰਗੀ ਤਰ੍ਹਾਂ ਸਾਫ ਕੀਤਾ, ਧੋ ਲਿਆ, ਧੋ ਕੇ ਚੰਗੀ ਤਰ੍ਹਾਂ ਸਾਫ ਕਰਕੇ ਉਹਨੂੰ ਸੁਕਾ ਲਿਆ। ਸੁਕਾ ਕੇ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਪਰੋਲੇ ਜਿਹੜਾ ਸ਼ਾਮ ਜਦੋਂ ਵਕਤ ਹੋਈ, ਗੁਰੂ ਪਿਆਰੀ ਸਾਧ ਸੰਗਤ ਪਰੋਲੇ ਨੂੰ ਚੰਗੀ ਤਰ੍ਹਾਂ ਸਾਫ ਕੀਤਾ ਹੋਇਆ, ਸੁੱਕਿਆ ਆ, ਉਹਦੀ ਸਾਧਸੰਗ ਬੱਤੀ ਵੱਟ ਲਈ ਪਰੋਲੇ ਦੀ। ਕਿਉਂਕਿ ਸੰਤ ਜੀਵ ਦੀ ਯੁਕਤੀ ਨਾਲ ਮੁਕਤੀ ਕਰਦੇ ਹੈ। ਸੰਤ ਨੂੰ ਸਾਧਸੰਗ ਦਿੱਤਾ ਹੋਇਆ ਦਾਨ ਕਿਸੇ ਲੇਖੇ ਵਿੱਚ ਲੱਗ ਜਾਂਦਾ ਹੈ। ਉਹ ਮਹਾਂਪੁਰਸ਼ਾਂ ਨੇ ਉਸਨੂੰ ਯੁਕਤੀ ਨਾਲ ਉਸਦੀ ਮੁਕਤੀ ਕਰਨੀ ਸੀ। ਪਰੋਲੇ ਨੂੰ ਸਾਧਸੰਗ ਇੱਕ ਦਾਨ ਵਜੋਂ ਲੈ ਕੇ ਉਸਨੂੰ ਸਵੀਕਾਰ ਕਰਕੇ ਉਹਦੀ ਸ਼ਾਮ ਦੇ ਵਕਤ ਬੱਤੀ ਵੱਟੀ। ਬੱਤੀ ਵੱਟ ਕੇ ਸਾਧ ਸੰਗਤ ਜਿੱਥੇ ਮਹਾਂਪੁਰਸ਼ ਹਰ ਰੋਜ਼ ਨਿਤਨੇਮ ਆਪਣਾ ਸਿਮਰਨ ਭਗਤੀ ਕਰਦੇ ਹੈ, ਉੱਥੇ ਜਿੱਥੇ ਧੂਪ ਬੱਤੀ ਜਗਾਉਂਦੇ ਹੈ, ਸਾਧ ਸੰਗਤ ਜਿੱਥੇ ਦੀਵਾ ਬਾਲਦੇ ਹੈ, ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਦੀਵੇ ਦੇ ਵਿੱਚ ਉਹ ਮਾਈ ਦਾ ਦਿੱਤਾ ਗੁੱਸੇ ਵਿੱਚ ਪਰੋਲੇ ਦੀ ਸਾਧ ਸੰਗਤ ਉਹ ਕੱਪੜਾ ਜਿਹੜਾ ਸੀ ਉਹਦੀ ਬੱਤੀ ਬਣਾ ਕੇ ਉਸ ਦੀਵੇ ਵਿੱਚ ਪਾ ਦਿੱਤੀ। ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਆਖੋ ਸਤਨਾਮ ਸ਼੍ਰੀ। ਗੁੱਸਾ ਨਹੀਂ ਕੀਤਾ ਕਿ ਸੰਤ ਨੇ ਕਿ ਮੇਰੇ ਨਾਲ ਤਾਂ ਕੰਮ ਹੋਇਆ। ਸੰਤ ਦੇ ਅੰਦਰ ਅੰਦਰ ਇਹ ਗੱਲ ਸੀ ਕਿ ਇਹਦਾ ਕੋਈ ਭਲਾ ਹੋ ਜਾਏ, ਇਹਦੇ ਉੱਤੇ ਪਰਉਪਕਾਰ ਕਰਨਾ ਗੁਰੂ ਪਿਆਰੀ ਸਾਧ ਸੰਗਤ। ਉਹ ਕਹਿੰਦੇ ਜਦੋਂ ਸ਼ਾਮ ਨੂੰ ਬੱਤੀ ਬਾਲਤੀ, ਵਿੱਚ ਘਿਓ ਪਾ ਦਿੱਤਾ, ਵਿੱਚ ਤੇਲ ਪਾ ਦਿੱਤਾ, ਗੁਰੂ ਪਿਆਰੀ ਸਾਧ ਸੰਗਤ ਬੱਤੀ ਜਗਾ ਦਿੱਤੀ, ਰਾਤ ਨੂੰ ਜੋਤ ਜਗਾ ਦਿੱਤੀ, ਔਰ ਮਹਾਂਪੁਰਸ਼ ਸਮਾਧੀ ਵਿੱਚ ਬੈਠ ਕੇ ਸਿਮਰਨ ਕਰਨ ਲੱਗ ਪਏ। ਸਾਧ ਸੰਗਤ
ਜੋ ਮਨ ਜੋੜਿਆ ਪਰਮੇਸ਼ੁਰ ਦੇ ਚਰਨਾਂ ਨਾਲ ਗੁਰੂ ਪਿਆਰੀ ਸਾਧ ਸੰਗਤ ਇਉਂ ਜਾਪਦਾ ਹੈ ਗੁਰੂ ਪਿਆਰੀ ਸਾਧ ਸੰਗਤ ਪਰਮੇਸ਼ੁਰ ਨਾਲ ਅਭੇਦ ਹੋਏ ਜੀਵ ਉਹ ਮਹਾਂਪੁਰਸ਼ ਉਹੀ ਪਰਮੇਸ਼ੁਰ ਦੇ ਚਰਨਾਂ 'ਚ ਬੇਨਤੀ ਕਰਦੇ ਹੋਣਗੇ ਕਿ ਮਾਲਕ ਉਸ 'ਤੇ ਕਿਰਪਾ ਕਰ। ਸਾਧ ਸੰਗਤ ਜਦ ਜਿੱਦਾਂ ਬੱਤੀ ਜਲਦੀ ਗਈ ਉਹ ਮਹਾਂਪੁਰਸ਼ ਭਜਨ ਕਰਦੇ ਗਏ ਸਾਧ ਸੰਗਤ ਉੱਥੇ ਉਜਾਲਾ ਹੁੰਦਾ ਹੈ। ਗੁਰੂ ਪਿਆਰੀ ਸਾਧ ਸੰਗਤ ਗੁਰੂ ਮਹਾਰਾਜ ਦਾ ਕਥਨ ਹੈ ਜਿੱਥੇ ਨਾ ਦੀਵੇ ਦੀ ਲੋੜ ਹੈ ਨਾ ਬੱਤੀ ਦੀ ਲੋੜ ਹੈ। ਸਾਧ ਸੰਗਤ ਪਰਮੇਸ਼ੁਰ ਦੇ ਪਿਆਰੇ ਉਸ ਮਾਲਕ ਨਾਲ ਜੁੜ ਕੇ ਗੁਰੂ ਪਿਆਰੀ ਸਾਧ ਸੰਗਤ ਪਰ ਫਿਰ ਵੀ ਗੁਰੂ ਪਿਆਰੀ ਸਾਧ ਸੰਗਤ ਪਿਆਰੇ ਬਿਨ ਬਾਤੀ ਬਿਨ ਤੇਲ ਦੀਵਾ ਬਲੇ ਸਾਧ ਪਿਆਰੇ ਬਿਨ ਬਾਤੀ ਬਿਨ ਤੇਲ ਦੀਵਾ ਬਲੇ ਸਾਧ ਬੱਤੀ ਤੋਂ ਬਿਨਾਂ ਤੇਲ ਤੋਂ ਦੀਵਾ ਬਲਦਾ ਉਹ ਕਿਹੜਾ ਦੀਵਾ ਹੈ? ਸਾਧ ਸੰਗਤ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ। ਉਹ ਮਹਾਰਾਜ ਕਿਰਪਾ ਕਰਦਾ ਜਦ ਦਸਵੇਂ ਦੀ ਸਾਧ ਸੰਗਤ ਬਾਰੀ ਖੁੱਲਦੀ ਹੈ ਤਾਂ ਉਹ ਲਾਈਟ ਉਹ ਪ੍ਰਕਾਸ਼ ਜੋਤ ਜਿਹੜੀ ਹੈ ਉਹ ਜਗਦੀ ਹੈ। ਸਿਮਰਨ ਕਰਨ ਦੇ ਨਾਲ ਗੁਰੂ ਪਿਆਰੀ ਸਾਧ ਸੰਗਤ ਪਰਮੇਸ਼ੁਰ ਦੀ ਭਗਤੀ ਨਾਲ ਜੋ ਜੁੜੇ ਸੰਤ ਜਦੋਂ ਸਮਾਧੀ ਲਾ ਕੇ ਬੈਠ ਕੇ ਜਦੋਂ ਬੱਤੀ ਜਲਦੀ ਰਹੀ ਸਾਧ ਸੰਗਤ ਜਿੱਦਾਂ ਬੱਤੀ ਖਤਮ ਹੋਈ ਜਾਏ ਉਹ ਜਿਹੜੇ ਮਾਤਾ ਦੇ ਕੀਤੇ ਕਰਮ ਸੀ ਉਹ ਸਾਧ ਸੰਗਤ ਪਾਪ ਕਰਮ ਨਾਸ਼ ਹੁੰਦੇ ਗਏ। ਜਦੋਂ ਸਾਧ ਸੰਗਤ ਥੋੜ੍ਹੀ ਥੋੜ੍ਹੀ ਬੱਤੀ ਜਗਲੀ ਤਾਂ ਉਹ ਪਾਪ ਕਰਮ ਨਾਸ਼ ਹੋਏ ਅਤੇ ਉਹਦੇ ਮਾਈ ਦਾ ਅੰਤਸ਼ਕਰਨ ਸਾਫ਼ ਹੋਇਆ।
ਜਦੋਂ ਅੰਤਸ਼ਕਰਨ ਸਾਫ਼ ਹੋਇਆ ਉਹਨੂੰ ਸ਼ੁੱਧ ਆਏ ਕਹਿੰਦੀ ਓਹੋ ਰਾਤ ਨੂੰ ਸੁੱਤੀ ਪਈ ਸਾਧ ਸੰਗਤ ਹਾਲੇ ਥੋੜ੍ਹਾ ਟਾਈਮ ਹੋਇਆ ਤਾਂ ਉਹਦੇ ਮਨ ਅੰਦਰ ਖਿਆਲ ਆਇਆ ਵੀ ਅੱਜ ਤਾਂ ਮੈਂ ਬੜੀ ਗਲਤੀ ਕੀਤੀ ਉਹਦਾ ਸੰਤ ਰੋਜ਼ ਆਉਂਦਾ ਜਿਹਨੂੰ ਮੈਂ ਰੋਜ਼ ਵੱਧ ਘੱਟ ਬੋਲਦੀ ਤਾਂ ਅੱਗੇ ਤਾਂ ਸੀ ਪਰ ਅੱਜ ਮੈਂ ਇੱਕ ਬਹੁਤ ਵੱਡੀ ਗਲਤੀ ਕੀਤੀ ਉਹਦੇ ਮੈਂ ਪਰੋਲਾ ਮਾਰਿਆ ਉਹ ਸੰਤ ਦੀਆਂ ਅੱਖਾਂ ਵੀ ਭਰੀਆਂ ਮੂੰਹ ਵੀ ਭਰਿਆ ਪਰ ਉਹਨੇ ਕਿਹਾ ਮੈਨੂੰ ਕੁਛ ਨਹੀਂ ਬੜੀ ਗਲਤੀ ਮੈਂ ਕੀਤੀ ਸਤਸੰਗ ਇਹ ਅਹਿਸਾਸ ਹੋਣ ਲੱਗ ਪਿਆ ਮੈਂ ਗਲਤੀ ਕਰਨ ਲਈ ਉਹ ਕਿਉਂ ਹੋਇਆ ਜਦੋਂ ਸੰਤ ਨੇ ਯੁਕਤੀ ਕੀਤੀ ਸਾਧ ਸੰਗਤ ਗੁਰੂ ਪਿਆਰੀ ਸਾਧ ਸੰਗਤ ਸੰਤ ਨੇ ਉਸ ਭੁੱਲੀ ਹੋਈ ਆਤਮਾ ਨੂੰ ਜੋੜਨ ਦਾ ਯਤਨ ਕੀਤਾ ਉਹ ਕਹਿੰਦੇ ਜਿੱਦ ਜਿੱਦਾਂ ਬੱਤੀ ਜਲੀ ਉਹਦਾ ਅੰਤਸ਼ਕਰਨ ਸਾਫ਼ ਹੋਣ ਲੱਗ ਪਿਆ ਔਰ ਪਛਤਾਵਾ ਕਰਨ ਲੱਗੀ ਗੁਰੂ ਪਿਆਰੀ ਸਾਧ ਸੰਗਤ ਇੰਨਾ ਪਛਤਾਵਾ ਹੋ ਗਿਆ ਕਿਉਂਕਿ ਬੱਤੀ ਜੂ ਸਾਧਸੰਗ ਸੜਦੀ ਗਈ ਜਿੱਦ ਜਿੱਦਾਂ ਬੱਤੀ ਸੜਦੀ ਗਈ ਸੰਤਾਂ ਨੇ ਯੁਕਤੀ ਨਾਲ ਮੁਕਤੀ ਕਰਨੀ ਸੀ ਉਹਦੇ ਮਨ ਦੀ ਸਾਧਸੰਗ ਖੁਆਇਸ਼ ਵੱਧਦੀ ਗਈ ਕਿ ਅੱਜ ਤਾਂ ਮੈਂ ਸੰਤਾਂ ਨਾਲ ਬਹੁਤ ਵਾਧੀ ਕੀਤੀ ਉਹਦੇ ਮਨ ਅੰਦਰ ਇਹ ਖਿਆਲ ਆਉਣ ਲੱਗ ਪਿਆ ਜੇ ਸਵੇਰੇ ਸੰਤ ਅਤੇ ਸਾਜਰੇ ਆ ਜਾਣ ਉਹ ਜਿਹੜੀ ਮੈਂ ਕੱਲ੍ਹ ਭੁੱਲ ਕੀਤੀ ਨਾ ਉਹਨੂੰ ਮੈਂ ਬਖਸ਼ਾ ਲਵਾਂ ਤਾਂ ਚੰਗੀ ਗੱਲ ਹੈ ਕਿਉਂਕਿ ਮੇਰਾ ਤਾਂ ਕੰਮ ਬਹੁਤ ਖਰਾਬ ਮੈਂ ਬਹੁਤ ਵੱਡੀ ਗਲਤੀ ਕੀਤੀ ਪਹਿਲਾਂ ਵੀ ਮਾਈ ਉੱਥੇ ਹੀ ਸੀ ਪਰ ਸਾਧ ਸੰਗ ਸੰਤਾਂ ਨੇ ਮਿਹਰ ਕਰ ਦਿੱਤੀ ਉਹ ਦੀਵੇ ਵਿੱਚ ਸਾਧ ਸੰਗ ਬੱਤੀ ਪਾ ਕੇ ਉਹਦਾ ਪਾਪ ਕੱਟ ਦਿੱਤਾ ਗੁਰੂ ਪਿਆਰੇ ਸਾਧ ਸੰਗ ਅੰਤਸ਼ ਕਰਮ ਸਾਫ਼ ਕਰ ਦਿੱਤਾ ਔਰ ਸਾਧ ਸੰਗ ਰਾਤ ਨੂੰ ਹੁਣ ਕੌਣ ਇਕੱਠੀ ਕਰਕੇ ਨਿਬੇੜਦਾ ਹੈ ਰਾਤ ਤਾਂ ਜਦੋਂ ਮੁੱਕਣੀ ਉਦੋਂ ਹੀ ਮੁੱਕਣੀ ਗੁਰੂ ਪਿਆਰੀ ਸਾਧ ਸੰਗਤ ਪਰ ਉਹ ਘੰਟੇ ਖਨ ਦੋ ਘੰਟਿਆਂ ਵਿੱਚ ਢਾਈ ਘੰਟਿਆਂ ਵਿੱਚ ਬੱਤੀ ਕਾਫ਼ੀ ਖਤਮ ਹੋ ਗਈ ਮਨ ਸਾਫ਼ ਹੋ ਗਿਆ ਬੀਬੀ ਮੈਂ ਤੁਹਾਡੀ ਗੱਲ ਥੋੜ੍ਹੋ ਕਰਦਾ ਮੈਂ ਤਾਂ ਉਸ ਬੀਬੀ ਦੀ ਗੱਲ ਕਰਦਾ ਜਿਹਨੇ ਕੰਮ ਕੀਤਾ ਤੁਸੀਂ ਤਾਂ ਘੱਟੋ ਘੱਟ ਧਿਆਨ ਨਾਲ ਸੁਣ ਲਓ ਗੱਲਾਂ ਤਾਂ ਫਿਰ ਵੀ ਆਪਾਂ ਕਰਨੀਆਂ ਹੈ ਪਰ ਸਾਧ ਸੰਗ ਮਾਈ ਦਾ ਅੰਤਸ਼ਕਰਨ ਸਾਫ਼ ਹੋ ਗਿਆ ਜਦੋਂ ਸਾਫ਼ ਹੋਇਆ ਸਾਧ ਸੰਗ ਪਿਆਰ ਦੇ ਅੰਦਰ ਵਿਯੋਗ ਦੇ ਅੰਦਰ ਸਾਧਸੰਗ ਕਿੱਥੋਂ ਫਿਰ ਨੀਂਦ ਆਵੇ ਜਿਹਨੂੰ ਬਿਰਹੋ ਨੀਂਦ ਆਉਂਦੀ ਹੈ ਜਦੋਂ ਬਿਰਹੋ ਸਤਾਉਂਦੀ ਫਿਰ ਨੀਂਦ ਕਿੱਥੋਂ ਆਉਂਦੀ ਗੁਰੂ ਪਿਆਰੀ ਸਾਧ ਸੰਗਤ ਗੁਰੂ ਮਹਾਰਾਜ ਦਾ ਕਥਨ ਹੈ ਗੁਰੂ ਪਿਆਰੀ ਸਾਧ ਸੰਗ ਮੋਹੇ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰੂ ਦਰਬਾਰੇ ਜੋ ਕਹਿੰਦੇ ਹੁਣ ਮਨ ਅੰਦਰ ਇੰਨੀ ਤੜਫ ਵੱਧ ਗਈ ਔਰ ਇੰਨੀ ਚਾਹਣਾ ਹੋ ਗਈ ਕਿਉਂਕਿ ਉਹਦਾ ਸਾਧ ਸੰਗ ਦਾ ਦੋਸ਼ ਸੀ ਜਿਹੜੇ ਪਾਪ ਕਰਮ ਸੀ ਉਹ ਨਸ਼ਟ ਕਰ ਦਿੱਤੇ ਗੁਰੂ ਪਿਆਰੀ ਸਾਧ ਸੰਗਤ ਸਤਿਗੁਰ ਦੀ ਕਿਰਪਾ ਹੋ ਗਈ ਔਰ ਸਾਧ ਸੰਗ ਬਿਰਹੋਂ ਅੰਦਰ ਪਿਆਰ ਦੇ ਅੰਦਰ ਸਾਧ ਸੰਗਤ ਆਪਣੀ ਜਿਹੜੀ ਬਾਕੀ ਰਾਤ ਉਹ ਯਾਦ ਕਰਨ ਲੱਗੀ ਸਭ ਲੋਕੀ ਸੌ ਗਏ ਜੀ ਦਾਤਿਆ ਰਹਿਣ ਨਾ ਮੁਕਦੀ ਮੇਰੀ ਸਭ ਲੋਕੀ ਸੌ ਗਏ ਜੀ
ਸਾਰੀ ਬਿਰਹੋਂ ਵਿੱਚ ਸਾਸੰਗ ਕੱਢੀ, ਰਾਤ ਇਹਨਾਂ ਮੁੱਕਣ ਚ ਆਵੇ ਗੁਰੂ ਪਿਆਰੇ ਸਾਸੰਗ ਸੋਚਦੇ ਰਹੇ ਕਦੋਂ ਰਾਤ ਮੁੱਕੇ ਤੱਕ ਤੇ ਸੰਤ ਸਵੇਰੇ ਆ ਜਾਣ, ਸੰਤਾਂ ਦੇ ਚਰਨ ਫੜ ਕੇ ਮੈਂ ਆਪਣੇ ਸਾਰੇ ਗੁਨਾਹ ਬਖਸ਼ਾ ਲਵਾਂ। ਸਾਸੰਗ ਜੀ ਗੁਰੂ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਜਦੋਂ ਗੁਰੂ ਕਿਰਪਾ ਕਰਦਾ ਫਿਰ ਜੁਗਤ ਨੂੰ ਪਛਾਣਦਾ ਹੈ। ਸਤਸੰਗ ਜੋ ਸਵੇਰ ਹੋਈ ਮਹਾਂਪੁਰਸ਼ ਆਪਣੇ ਨਿਤਨੇਮ ਦੇ ਅਨੁਸਾਰ ਉਸ ਸਮੇਂ ਦੇ ਨਾਲ ਪਹੁੰਚ ਗਏ ਔਰ ਆਵਾਜ਼ਾਂ ਦਿੰਦੇ ਪਰਮੇਸ਼ਰ ਦੇ ਪਿਆਰਾਂ ਨਾਲ ਜੋੜਦੇ ਆਉਂਦੇ ਹਨ। ਸਤਸੰਗਤ ਜੈਸਾ ਸਤਿਗੁਰੂ ਸੁਣੀ ਦਾ ਤੈਸੇ ਹੀ ਮੈਂਡੀਟ, ਵਿਚੜਿਆ ਮੇਲੇ ਪ੍ਰਭੂ ਹਰ ਦਰਗੇ ਕਾਮਾ ਜੀ, ਹਰ ਨਾਮੂ ਮੰਤਰ ਦਿਨਾਏ ਦਾ ਕੱਟੈ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਜਿਹਨੂੰ ਸੰਯੋਗ ਮਿਲ ਜਾਏ ਪਰਮੇਸ਼ਰ ਦੇ ਪਿਆਰਾਂ ਦਾ ਉਹਨੂੰ ਉਹਦਾ ਮਿਲਾਪ ਹੋ ਜਾਂਦਾ। ਜਦੋਂ ਸਤਸੰਗਤ ਮਹਾਂਪੁਰਸ਼ ਜਦੋਂ ਆਏ ਉਸ ਘਰ ਦੇ ਨਿਰਦੇਕ ਮਾਈ ਬਾਹਰ ਨਿਕਲ ਕੇ ਖੜੀ ਹੱਥ ਜੋੜ ਕੇ, ਜਦੋਂ ਸੰਤ ਕੋਲ ਆਏ ਯਕਦਮ ਸੰਤਾਂ ਦੇ ਚਰਨਾਂ ਤੇ ਢਹਿ ਪਏ। ਸਤਸੰਗ ਮਸਤਕ ਮਹਾਂਪੁਰਸ਼ਾਂ ਦੇ ਸਤਸੰਗ ਚਰਨਾਂ ਤੇ ਰੱਖ ਕੇ ਇੰਨਾ ਬਿਰੋਹ ਵਿੱਚ ਸਤਸੰਗ ਵਿਰਾਗ ਅੰਦਰ ਆ ਗਏ, ਇੰਨਾ ਰੋਈ ਚੰਨ ਸਾਸਨ ਰੋ ਰੋ ਕੇ ਚੰਨ ਤੋ ਛੱਡੇ। ਗੁਰੂ ਪਾਤਸ਼ਾਹ ਦਾ ਕਿਰਪਾ ਹੋ ਗਈ, ਗੁਰੂ ਪਿਆਰੀ ਸਾਧ ਸੰਗਤ ਮਿਹਰ ਦੇ ਘਰ ਆਏ ਸੰਤ ਜਨ ਪਰਮੇਸ਼ਰ ਦੇ ਪਿਆਰੇ। ਮਾਈ ਜਦੋਂ ਵਿਹੋਂ ਵਿੱਚ ਆਏ ਸਾਧਸੰਗ ਪਿਆਰ ਅੰਦਰ ਵਿਰਾਗ ਅੰਦਰ ਧੋ ਰੋ ਰੋ ਕੇ ਚੰਨ ਧੋਤੇ, ਸੰਤਾਂ ਨੇ ਕਿਹਾ ਉੱਠ ਉਸ ਪ੍ਰਭੂ ਨੂੰ ਯਾਦ ਕਰਿਆ ਕਰ, ਸਿਮਰਨ ਕਰਿਆ ਕਰ, ਇੰਨਾ ਤੂੰ ਮਾਈ ਕਿਉਂ ਵਿਰਾਗ ਕਰਦੀ। ਔਰ ਮਾਲਕ ਦਾ ਸ਼ੁਕਰਾਨਾ ਕੀਤਾ, ਪ੍ਰਭੂ ਦਾ ਸ਼ੁਕਰਾਨਾ ਕੀਤਾ ਸਾਧਸੰਗ ਮਹਾਂਪੁਰਸ਼ਾਂ ਨੇ ਕਿ ਅੱਜ ਇਹ ਮਾਈ ਦਾ ਮਨ ਇਹੋ ਜਿਹਾ ਬਣਿਆ। ਹੱਥ ਜੋੜੇ ਕਹਿਣ ਲੱਗੀ ਮਹਾਰਾਜ ਸਾਰੀ ਰਾਤ ਦੀ ਇੰਤਜ਼ਾਰ ਕਰਕੇ ਬੈਠੀ ਹਾਂ, ਪਰ ਕਿਰਪਾ ਕਰੋ ਇੱਕ ਵਾਰੀ ਹਾਂ ਕਰੋ, ਲੰਗਰ ਜ਼ਰੂਰ ਕਰ ਛੱਕ ਕੇ ਜਾਣਾ। ਸੰਤ ਕਹਿੰਦੇ ਮਾਈ ਕੋਈ ਗੱਲ ਨਹੀਂ, ਜੇ ਤੂੰ ਲੰਗਰ ਦੀ ਤੇਰੀ ਇੱਛਾ ਹੈ ਤੇ ਪ੍ਰਭੂ ਕਿਰਪਾ ਕਰੇ ਲੰਗਰ ਜ਼ਰੂਰ ਛਕਾਂਗੇ। ਕਹਿੰਦੇ ਜੀ ਤੁਸੀਂ ਪਿੰਡ ਚ ਗੇੜਾ ਕੱਢ ਕੇ ਆਇਓ ਤੇ ਮੁੜ ਕੇ ਆਣ ਕੇ ਲੰਗਰ ਛਕਣਾ। ਤੋ ਪਿਆਰ ਦੇ ਵਿੱਚ ਸੰਤ ਉਹ ਪਰਮੇਸ਼ਰ ਦੇ ਪਿਆਰੇ ਆਣ ਕੇ ਕਹਿਣ ਲੱਗੇ ਵੀ ਠੀਕ ਆ, ਲੰਗਰ ਜ਼ਰੂਰ ਛਕਾਂਗੇ। ਔਰ ਮਾਲਕ ਦਾ ਸ਼ੁਕਰਾਨਾ ਕਰਨ ਲੱਗੇ, ਪ੍ਰਭੂ ਬੇਅੰਤ ਹੈ ਸਾਡੇ ਕਰਦਾ ਹੋ ਮੈਂ ਰੋਗ ਸਤਿਗੁਰ ਪੂਰਾ, ਸਤਿਗੁਰ ਪੂਰਾ ਕਰਦਾ ਹੋ ਮੈਂ ਰੋਗ ਸਤਿਗੁਰ ਪੂਰਾ, ਸਤਿਗੁਰ ਪੂਰਾ।